ਪੁਲਿਸ ਨੇ ਇੱਕ ਸਕੂਲ ਦੇ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਸਕੂਲ ਦੇ ਅਧਿਆਪਕ ਤੇ ਇਹ ਇਲਜ਼ਾਮ ਲੱਗੇ ਸਨ ਕਿ ਉਹ ਸਕੂਲ ਦੀਆਂ ਵਿਦਿਆਰਥਣਾਂ ਦੇ ਨਾਲ ਛੇੜਛਾੜ ਕਰਦਾ ਸੀ ਤੇ ਉਹਨਾਂ ਨੂੰ ਭੱਦੀ ਸ਼ਬਦਾਵਲੀ ਵੀ ਬੋਲਦਾ ਸੀ ਤੇ ਜਦੋਂ ਇਹ ਮਾਮਲਾ ਮਾਪਿਆਂ ਤੱਕ ਪਹੁੰਚਿਆ ਤਾਂ ਮਾਪਿਆਂ ਨੇ ਸਕੂਲ ਦੇ ਵਿੱਚ ਆ ਕੇ ਸਕੂਲ ਦੇ ਬਾਹਰ ਜੰਮ ਕੇ ਪ੍ਰਦਰਸ਼ਨ ਕੀਤਾ ਤੇ ਅਧਿਆਪਕ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਆਖੀ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਅਧਿਆਪਕ ਦੇ ਖਿਲਾਫ ਐਕਸ਼ਨ ਲੈ ਲਿਆ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੀ ਕਾਰਵਾਈ ਵੀ ਅਧਿਆਪਕ ਦੇ ਖਿਲਾਫ ਸ਼ੁਰੂ ਕਰ ਦਿੱਤੀ ਗਈ ਹੈ। ਇਹ ਮਾਮਲਾ ਫਾਜ਼ਿਲਕਾ ਦੇ ਪਿੰਡ ਕਟੈੜਾ ਤੋਂ ਸਾਹਮਣੇ ਹੈ ਜਿੱਥੇ ਸਕੂਲ ਦੇ ਅਧਿਆਪਕ ਵੱਲੋਂ ਹੀ ਉੱਥੇ ਦੀਆਂ ਵਿਦਿਆਰਥਣਾਂ ਨਾਲ ਛੇੜਛਾੜ ਕੀਤੀ ਜਾਂਦੀ ਸੀ ਜਿਸ ਤੋਂ ਬਾਅਦ ਮਾਮਲਾ ਇਸ ਕਦਰ ਗਰਮਾਇਆ ਕਿ ਮਾਪਿਆਂ ਨੇ ਇਸ ਅਧਿਆਪਕ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਆਖੀ ਤੇ ਹੁਣ ਪੁਲਿਸ ਨੇ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜੀ ਸਕੂਲ ਵਿੱਚ ਆ ਹੈਗੀ ਵੀ ਇਹ ਜਿਹੜੀ ਕੁੜੀਆਂ ਨੂੰ ਇੰਝ ਗੱਲਾਂ ਕਰਦੇ ਨੇ ਕਿ ਵੀ ਗਲਤ ਬੋਲਦੇ ਹੈਗੇ, ਕਹਿੰਦੇ ਤੁਸੀਂ ਬੜੇ ਹੀ ਸਮਾਰਟ ਲੱਗਦੇ ਨੇ, ਤੁਹਾਡੀ ਗੋਲ ਗੋਲ ਅੱਖਾਂ ਬੜੀ ਪਿਆਰੀ ਕਰੀ, ਤੁਸੀਂ ਮੇਰਾ ਹੀ ਬਣ ਜਾਂਦੇ ਤਾਂ ਉਹਦੇ ਨਾਲ ਮੈਂ ਜਿਹੜਾ ਜੀ ਕਰਦਾ ਉਹ ਕੰਮ ਕਰਦਾ। ਤਾਂ ਬਹੁਤ ਕੁਝ ਕਰ ਦਿੰਦਾ ਕੁੜੀਆਂ ਨਾਲ, ਕਦੀ ਕਿੱਥੇ ਲੈ ਜਾਣਾ ਕਦੀ ਕਿੱਥੇ ਲੈ ਜਾਣਾ, ਬਹੁਤ ਇਨਸਾਫ ਚਾਹੀਦਾ ਸਾਨੂੰ ਕੁੜੀਆਂ ਖਾਤਰ। ਬੱਚਿਆਂ ਨੂੰ ਮੇਰੀ ਕੁੜੀ ਨੂੰ ਅੱਜ ਡੇਢ ਮਹੀਨਾ ਹੋ ਗਿਆ ਸਕੂਲ ਛੱਡੇ ਨੂੰ, ਉਹਨੂੰ ਕਹਿੰਦਾ ਤੂੰ ਅੰਡਰ ਵੀ ਪਾ ਕੇ ਆਈ, ਬਲਾਨ ਪਾ ਕੇ ਆਉਣੀ, ਮੇਰੀ ਕੁੜੀ ਕਹਿੰਦੀ ਮੰਮੀ ਮੈਂ ਨਾ ਸਕੂਲ ਅੱਜ ਜਾਵਾਂ ਨਾ ਜਾਵਾਂ ਕੱਲ੍ਹ, ਠੀਕ ਹੈ ਮੇਰੀ ਕੁੜੀ ਨਾ ਡੇਢ ਮਹੀਨਾ ਹੋ ਗਿਆ ਸਕੂਲ ਛੱਡ ਗਈ, ਉਹ ਰੋਂਦੀ ਉਧਰ ਪ੍ਰਿੰਸ ਮੈਡਮ ਕੋਲ ਗਿਆ, ਮੈਡਮ ਕੋਲ ਰੋਂਦੀ ਕਹਿੰਦੀ ਮੈਡਮ ਨੂੰ ਉਹਨੇ ਦੱਸਿਆ ਕੋਈ ਨਹੀਂ ਮਰ ਜਾ ਗੱਲ, ਫਿਰ ਉਹਨੇ ਬਾਅਦ ਗਈ ਆ ਬਸ ਜਿੰਨਾ ਹੋ ਸਕੇ ਇੱਥੇ ਨੂੰ ਬਾਹਰ ਕੱਢੋ, ਅਸੀਂ ਛਿੱਤਰ ਫੇਰਨੇ, ਅਸੀਂ ਇੱਥੇ ਛਿੱਤਰ ਫੇਰ ਕੇ ਛੱਡਾਂਗੇ, ਕਾਲਾ ਮੁਕਰ ਕੇ ਪਿੰਡ 'ਚੋਂ ਕੱਢਾਂ ਬਸ। ਗੱਲ ਇਹ ਹੋਈ ਆ ਸਾਰੀਆਂ ਦੀਆਂ ਬੇਟੀਆਂ ਪੜ੍ਹਦੀਆਂ ਸਕੂਲਾਂ 'ਚ, ਠੀਕ ਆ ਸਾਰਿਆਂ ਦੀਆਂ ਬੇਟੀਆਂ ਪੜ੍ਹਦੀਆਂ ਸਕੂਲ 'ਚ, ਤੇ ਇਹ ਇੰਝੀਆਂ ਹਰਕਤਾਂ ਕਰਦਾ, ਕਿਸੇ ਨੂੰ ਕਹਿੰਦਾ ਤੁਹਾਡੀ ਅੰਡਰ ਕੇ ਜੀ ਪਾਈ ਆ, ਕਦੀ ਕਹਿੰਦਾ ਕਈ ਜਾ ਪਾਇਆ, ਕਦੀ ਕਹਿੰਦਾ ਕਈ ਜਾ ਪਾਇਆ, ਹੈ ਇਹ ਸਭ ਦੀ ਬਦਲੀ ਕਰਵਾਉਣੀ ਚਾਹੁੰਦੀ ਆ, ਬਦਲੀ ਨਹੀਂ ਹੋਣੀ ਸਸਪੈਂਡ ਕਰੂਗਾ, ਗਲਤ ਕੰਮ ਇਹ ਸਸਪੈਂਡ ਹੋਣਾ ਚਾਹੀਦਾ। ਪਿੰਡ ਵਾਸੀਆਂ ਵੱਲੋਂ ਕੰਪਲੇਂਟ ਆਈ ਹੈ ਆਪਾਂ ਨੂੰ, ਜੀ ਜੀ ਠੀਕ ਹੈ, ਜਿਹਨੂੰ ਅਸੀਂ ਰਿਟਨ ਰੂਪ 'ਚ ਲੈ ਲਿਆ ਔਰ ਡੀਓ ਸਾਹਿਬ ਕੋਲ ਲੈ ਕੇ ਜਾ ਰਹੇ ਹਾਂ। ਪਹਿਲਾਂ ਹਰਕਤ ਦਾ ਨਹੀਂ ਸਾਨੂੰ ਦੱਸਿਆ ਗਿਆ, ਸਾਡੇ ਕੋਲ ਕੰਪਲੇਂਟ ਆਈ ਸੀ ਵੀ ਥੋੜ੍ਹਾ ਬੋਲਣ 'ਚ ਇਹਨਾਂ ਦਾ ਨਹੀਂ ਹੈ, ਤਾਂ ਉਹਨਾਂ ਨੂੰ ਬੁਲਾ ਕੇ ਸਮਝਾਇਆ ਵੀ ਗਿਆ ਸੀ। ਰਾਕੇਸ਼ ਕੁਮਾਰ ਜੀ ਮੈਮ ਇੱਕ ਚੀਜ਼ ਹੋਰ ਦੱਸੋ, ਤੁਸੀਂ ਬੋਲਣ ਦੀ ਗੱਲ ਕਰ ਰਹੇ ਹੋ ਪਰ ਉਹ ਕੋਈ ਫਿਜ਼ੀਕਲੀ ਟੱਚ ਵਗੈਰਾ ਦੀ ਗੱਲ ਸਾਨੂੰ ਨਹੀਂ, ਇਹੋ ਜਿਹਾ ਕੁਝ ਨਹੀਂ ਪਤਾ ਸੀ ਸਾਨੂੰ, ਜੀ ਜੀ ਠੀਕ ਹੈ, ਤਾਂ ਉਦੋਂ ਜਦੋਂ ਇਹਨਾਂ ਨੇ ਕਿਹਾ ਸੀਗਾ ਅਸੀਂ ਬੁਲਾ ਕੇ ਉਹਨਾਂ ਨੂੰ ਸਮਝਾਇਆ ਸੀਗਾ ਤੇ ਵਾਰਨਿੰਗ ਵੀ ਦਿੱਤੀ ਸੀ ਜੀ ਸਰ, ਬਿਲਕੁਲ ਨਹੀਂ ਚਾਹੀਦਾ, ਠੀਕ ਹੈ ਜੀ। ਪਲੀਜ਼ ਮੇਰੇ ਨਾਲ ਪਰਿਵਾਰ ਵਾਲਿਆਂ ਨਾਲ ਕੀ ਗੱਲਬਾਤ ਹੋਈ ਜੀ ਅੱਜ ਪਰਿਵਾਰ ਵਾਲਿਆਂ ਨਾਲ? ਉਹਨਾਂ ਤੋਂ ਕੰਪਲੇਂਟ ਲੈ ਲਈ ਹੈ, ਠੀਕ ਹੈ, ਤੇ ਜੋ ਵੀ ਬੰਦੀ ਕਾਰਵਾਈ ਹੈ ਉਹ ਡੀਓ ਸਾਹਿਬ ਨੂੰ ਅਸੀਂ ਲਿਖ ਦਿੱਤੀ ਹੈ, ਉਹ ਬੰਦੀ ਕਾਰਵਾਈ ਕਰਨਗੇ, ਠੀਕ ਹੈ। ਜੀ ਕਰਦੇ ਹਰਕਤਾਂ ਗੰਦੀ ਗੰਦੀ ਕਰਦੇ, ਜੀ ਕਰਦਾ ਉੱਥੇ ਹੱਥ ਲਾਉਂਦਾ, ਕਦੀ ਕਿੱਥੇ ਕਦੀ ਕਿੱਥੇ, ਕੌਣ ਲਾਉਂਦਾ? ਆ ਰੱਖ ਰਾਕੇ ਸਰ, ਤੇ ਗੰਦੀ ਜੀ ਬਹੁਤ ਕਰਦਾ, ਕਦੀ ਕਹਿੰਦਾ ਐਂਡਰ ਵੀ ਪਾਇਆ, ਕਦੀ ਕਹਿੰਦੀ ਬ੍ਰਾਂਡ ਪਾਇਆ, ਕਦੀ ਕੁਛ, ਤੇਰੀ ਮਾਂ ਦੀ ਕਿਹਦੇ ਨਾਲ ਸੈਟਿੰਗ ਆ, ਤੇਰੀ ਸੈਟਿੰਗ ਕਿਹਦੇ ਨਾਲ ਹੈ, ਇਸ ਕੁੜੀ ਨਾਲ ਮੈਂ ਸੋਇਆ, ਤੁਸੀਂ ਕਿਹਦੇ ਨਾਲ ਸੋਏ ਹੋ, ਇਸ ਤਰ੍ਹਾਂ ਗੱਲਾਂ ਕਰਦਾ। ਮੈਂ ਵਾਧੂ ਵਾਰੀ ਕੀਤੀ ਆ ਪਰ ਐਕਸ਼ਨ ਨਹੀਂ ਲਿੱਤਾ ਕਿਨੇ, ਪ੍ਰਿੰਸੀਪਲ ਪ੍ਰਿੰਸੀਪਲ ਤਾਂ ਅੱਜ ਕਹਿੰਦੀ ਹੈ ਮਾਫੀ ਮੰਗਵਾ ਦਿੰਦੇ ਆ, ਅੱਛਾ ਇੰਨੀ ਕੁੜੀਆਂ ਨਾਲ ਬਦਤਮੀਜ਼ੀ ਹੋ ਗਈ ਜੀ, ਮਾਫੀ ਮੰਗਦੇ? ਬਹੁਤ ਕੁੜੀਆਂ ਜੀ, ਅੱਠਵੀਂ ਕਲਾਸ ਦੀ ਸਾਰੀ ਕੁੜੀਆਂ ਮੇਰੀ ਆਪਦੀ, ਡੇਢ ਕੁੜੀ ਨੇ ਸਕੂਲ ਹੀ ਛੱਡਤਾ, ਡਰ ਡੇਢ ਮਹੀਨਾ ਹੋ ਗਿਆ। ਹਾਂਜੀ ਮਾਸਟਰ ਹੈ ਕੋਈ ਜੀ, ਉਹ ਕੁੜੀਆਂ ਨਾਲ ਗਲਤ ਹਰਕਤ ਕਰਦਾ ਤਾਂ ਅਸੀਂ ਆਏ ਹਾਂ ਇਕੱਠੇ ਹੋ ਕੇ, ਇਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ। ਮਾਸਟਰ ਦਾ ਰਕੇਸ਼ ਹੈ ਜੀ, ਹਰਕਤ ਕਿਸੇ ਦੀ ਜਿਨ੍ਹਾਂ ਦੇ ਪੈਂਟ ਪਾਈ ਉਹਨਾਂ ਜਿੱਪ ਖੋਲ ਕੇ ਵੇਖ ਦਿੱਤਾ ਹੈ ਤੇ ਵੇਖਦਾ ਵੀ ਤੇਰੇ ਅੰਡਰ ਵੀ ਕਿਹੜੇ ਰੰਗ ਦਾ ਪਾਇਆ ਕਿਹੜਾ ਨਹੀਂ, ਕਿਉਂ ਨਹੀਂ ਪਾ ਕੇ, ਇਹ ਗੰਦੀਆਂ ਹਰਕਤਾਂ ਕਰਦਾ ਹੈ ਜੀ। ਕੀਤੀ ਹੈ ਬਹੁਤ ਵਾਰੀ, ਕੀਤੀ ਹੈ ਵਾਧੂ ਵਾਰੀ, ਵਾਰਨਿੰਗ ਦਿੱਤੀ ਹੈ ਤੇ ਪ੍ਰਿੰਸੀਪਲ ਉਹ ਮਾਫੀ ਮੰਗ ਲੈਂਦੇ ਨੇ, ਕੋਈ ਗੱਲ ਨਹੀਂ ਹੈ ਸਮਝਾ ਦਿਆਂਗੇ, ਸਮਝਾ ਦੇ, ਇਸ ਗੱਲ ਦਾ ਕੋਈ ਨਹੀਂ ਨਿਆਂ ਹੁੰਦਾ ਪਿਆ, ਪ੍ਰਿੰਸੀਪਲ ਕਹਿੰਦਾ ਕਿ ਸਮਝਾ ਦਿਆਂਗੇ, ਹੁਣ ਆਏ ਤੇ ਹੁਣ ਕਹਿੰਦੇ ਉੱਥੋਂ ਤੋਂ ਮਾਫੀ ਮੰਗਾ ਦਿਆਂਗੇ, ਮੰਗ ਇਹੀ ਹੈ ਵੀ ਸਾਡਾ ਇਨਸਾਫ ਮਿਲਣਾ ਚਾਹੀਦਾ ਵੀ ਇਹ ਗਲਤ ਕੰਮ ਨਹੀਂ ਹੋਣਾ ਚਾਹੀਦਾ। ਸਾਨੂੰ ਫੋਨ ਆਇਆ ਸੀ ਇੱਥੋਂ ਸੀਨੀਅਰ ਆਫੀਸਰ ਤੋਂ ਵੀ ਇੱਥੇ
ਕੋਈ ਇਸ਼ੂ ਹੈਗਾ ਸਕੂਲ ਦੇ ਵਿੱਚ ਕੋਈ ਟੀਚਰ ਨਾਲ ਮਤਲਬ, ਅਤੇ ਉਹ ਪੇਰੈਂਟਸ ਇਕੱਠੇ ਹੋਏ ਹੋਏ ਆ, ਅਤੇ ਕੋਈ ਲੋਅ ਐਂਡ ਆਰਡਰ ਦੀ ਸਮੱਸਿਆ ਨਾ ਆਵੇ ਕੀ ਆ ਵੀ ਉਹ ਗੱਲ ਸੁਣ ਰਹੇ ਆ। ਸਕੂਲ ਅਥਾਰਟੀਜ਼ ਨੂੰ ਪੁੱਛਿਆ ਸੀ, ਉਹ ਕਹਿੰਦੇ ਅਸੀਂ ਇੱਥੇ ਐਕਸ਼ਨ ਲੈ ਰਹੇ ਹਾਂ ਜੀ ਜੀ, ਅਤੇ ਉਹ ਆਪਣਾ ਇਹਨਾਂ ਨੇ ਕੰਪਲੇਂਟ ਜੋ ਹੈ ਇਹਨਾਂ ਨੂੰ ਦਿੱਤਾ, ਬਾਕੀ ਇਹਨਾਂ ਨੂੰ ਪ੍ਰਿੰਸੀਪਲ ਨੂੰ ਪਤਾ, ਅਤੇ ਅਸੀਂ ਇਸ ਸੰਬੰਧੀ ਇੱਥੇ ਆਏ ਸੀ ਤਾਂ ਕਿ ਕੋਈ ਲੋਅ ਐਂਡ ਆਰਡਰ ਦਾ ਇਸ਼ੂ ਨਾ ਹੋਵੇ। ਪਰ ਇਹਨਾਂ ਨੇ ਨਾ ਕੰਪਲੇਂਟ ਜੋ ਵੀ ਇਹਨਾਂ ਦਾ ਬਣਦਾ ਸੀ ਪ੍ਰਿੰਸੀਪਲ ਨੂੰ ਉਹਨਾਂ ਨੇ ਦੇ ਦਿੱਤੀ ਹੈਗੀ ਹੈ। ਉਹ ਸਾਡਾ ਲਿਖ ਕੇ ਆਊਗਾ ਪਹਿਲਾਂ ਇੰਸਪੈਕਟਰ, ਇਹਨਾਂ ਨੇ ਹੀ ਸਾਨੂੰ ਦੇਣਾ ਨਾ, ਸਕੂਲ ਅਥਾਰਟੀਜ਼ ਨੇ ਵੀ ਜਾਂ ਕੋਈ ਪੇਰੈਂਟ ਸਾਡੇ ਕੋਲ ਨਹੀਂ ਕੋਈ ਆਇਆ ਵੀ ਕੋਈ ਇਹੋ ਜਿਹੀ ਕੰਪਲੇਂਟ ਲੈ। ਮੇਰੀ ਨਹੀਂ ਹੋਈ, ਇਹ ਤਾਂ ਇਹਨਾਂ ਨਾਲ ਹੀ, ਇਹਨਾਂ ਦੀ ਗੱਲ ਮੈਨੇਜਮੈਂਟ ਇਹਨਾਂ ਨਾਲ ਹੀ ਚੱਲ ਰਹੀ ਹੈ, ਪੇਰੈਂਟਸ ਦੀ ਉਹਨਾਂ ਨਾਲ ਹੀ ਚੱਲਿਆ, ਸਾਡੇ ਕੋਲ ਕੋਈ ਕੰਪਲੇਂਟ ਨਹੀਂ ਆਇਆ, ਇਹ ਇਹਨਾਂ ਦੇ ਨਾਲ ਹੀ ਹੈ ਫਿਲਹਾਲ। ਜੇ ਸਾਡੇ ਕੋਲ ਆਊਗਾ ਤਾਂ ਅਸੀਂ ਫਿਰ ਐਸ ਪਰ ਲੋਅ ਕਰ